ਮੈਂ ਜੀ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ। ਸਰ ਕਿੱਦਾਂ ਵੇਖ ਰਹੇ ਹੋ ਡੀਜ਼ਲ ਦੇ ਪੈਟਰੋਲ ਦੇ ਰੇਟ ਦਿਨ ਦਿਨ ਵੱਧ ਰਹੇ ਨੇ? ਇਹ ਤਾਂ ਸਰ ਇੱਦਾਂ ਵੀ ਬਹੁਤ ਜ਼ਿਆਦਾ ਰੇਟ ਵੱਧ ਰਹੇ ਅਤੇ ਸਰਕਾਰ ਨੂੰ, ਮੋਦੀ ਸਰਕਾਰ ਨੂੰ ਚਾਹੀਦਾ ਵੀ ਨਾ ਇੱਦਾਂ ਰੇਟ ਵਧਾਏ। ਅਤੇ ਮਤਲਬ ਆਮ ਜਨਤਾ ਜੇ ਸਾਰੀਆਂ ਚੀਜ਼ਾਂ ਪੈਟਰੋਲ ਡੀਜ਼ਲ ਨਾਲ ਜੁੜੀਆਂ, ਮੈਂ ਪਰਸਨਲੀ ਰਿਕੁਐਸਟ ਕਰਦਾ ਵੀ ਮਤਲਬ ਪੈਟਰੋਲ ਡੀਜ਼ਲ ਦੇ ਰੇਟ ਨਾ ਇੰਨੇ ਵਧਾਏ ਜਾਣ ਤਾਂ ਕਿ ਜਨਤਾ ਨੂੰ ਇੰਨੀ ਮਾਰ ਨਾ ਪਏ। ਪਿਛਲੀਆਂ ਸਰਕਾਰਾਂ 'ਚ ਚਲੋ ਜੋ ਕੁਛ ਵੀ ਹੋਇਆ ਪਰ ਕਦੀ ਇੱਕਦਮ ਇੰਨੇ ਰੇਟ ਅਸੀਂ ਕਦੀ ਵਾਧੇ ਨਹੀਂ ਵੇਖੇ, ਅਤੇ ਅਸੀਂ ਇਹੋ ਬੇਨਤੀ ਕਰਨਾ ਚਾਹੁੰਦੇ ਵੀ ਨਾ ਇੰਨੇ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਜਾਣ। ਸਾਰਾ ਅਸਰ ਗਰੀਬ ਲੋਕਾਂ ਦੀ ਜੇਬ ਦੇ ਉੱਤੇ ਪੈ ਰਿਹਾ, ਬਹੁਤ ਜ਼ਿਆਦਾ ਪੈ ਰਿਹਾ ਸਰ, ਬਹੁਤ ਲੋਕ ਪਰੇਸ਼ਾਨ ਆ ਪੈਟਰੋਲ ਡੀਜ਼ਲ ਕਰਕੇ। ਇਹੋ ਆਪਾਂ ਬੇਨਤੀ ਕਰਨਾ ਚਾਹੁੰਦੇ ਸਰਕਾਰ ਨੂੰ ਵੀ ਨਾ ਪੈਟਰੋਲ ਡੀਜ਼ਲ ਦੇ ਰੇਟ ਇੰਨੇ ਵਧਾਉਣ ਤਾਂ ਕਿ ਸਾਰੀਆਂ ਚੀਜ਼ਾਂ ਇਫੈਕਟ ਹੋਣੀਆਂ ਉਹਦੇ ਨਾਲ। ਬਸ ਇਹੋ ਬੇਨਤੀ ਵੀ ਨਾ ਵਧਾਏ ਜਾਣ ਇੰਨੇ ਰੇਟ, ਥੋੜ੍ਹਾ ਜਿਹਾ ਸਰਕਾਰ ਚਾਹੇ ਆਰਾਮ ਨਾਲ ਕੰਟਰੋਲ ਕਰ ਸਕਦੀ ਹਰ ਚੀਜ਼ ਨੂੰ। ਇਹੋ ਰਿਕੁਐਸਟ ਹੈਗੀ ਸਾਡੀ ਪਰਸਨਲੀ ਵੀ ਨਾ ਇੱਦਾਂ ਜਨਤਾ ਨਾਲ ਕੀਤਾ ਜਾਏ, ਇਹੋ ਰਿਕੁਐਸਟ ਕਰਨੀ। ਮੈਮ ਕਿੱਦਾਂ ਦੇਖ ਰਹੇ ਹੋ ਡੀਜ਼ਲ ਅਤੇ ਪੈਟਰੋਲ ਦੇ ਰੇਟ? ਆਸਮਾਨ ਬਹੁਤ ਜ਼ਿਆਦਾ ਰੇਟ ਵੱਧ ਗਏ ਨੇ। ਜਿਹੜਾ ਮੀਡੀਅਮ ਇਨਸਾਨ ਹੈ ਉਹ ਤਾਂ ਬਿਲਕੁਲ ਮਾਰ ਖਾ ਰਿਹਾ, ਜਿਹੜਾ ਬਹੁਤ ਉੱਚੇ ਹੈ ਉਹ ਤਾਂ ਚਲੋ ਪਵਾ ਲਏਗਾ, ਜਿਹੜਾ ਸਾਡੇ ਵਰਗਾ ਜਿਹਦੇ ਕੰਮਕਾਰ ਦਾ ਹਾਲਾਤ ਇੰਨੇ ਖਰਾਬ ਹੋਏ ਹੋਏ ਨੇ ਇਸ ਟਾਈਮ 'ਤੇ, ਤਾਂ ਕੋਈ ਕੰਮਕਾਰ ਨਹੀਂ ਹੈ, ਕੁਛ ਨਹੀਂ ਹੈ। ਉਹ ਦੱਸੋ 100 ਰੁਪਏ ਲੀਟਰ 100 ਤੋਂ ਉੱਤੇ ਵਧੀ ਜਾਂਦਾ ਪਿਆ, ਉਹ ਕੀ ਕਰੇਗਾ? ਪੈਟਰੋਲ ਦੇ ਇਹੋ ਜਿਹੇ ਹਾਲਾਤ 'ਚ ਇਨਸਾਨ ਰੋਟੀ ਰੋਜ਼ੀ ਖਾਏਗਾ ਕਿ ਪੈਟਰੋਲ ਪਵਾਏਗਾ? ਨਹੀਂ ਪਵਾਏਗਾ ਪੈਟਰੋਲ ਤਾਂ ਕੰਮਕਾਰ ਕਿਸ ਤਰ੍ਹਾਂ ਕਰੇਗਾ? ਬਹੁਤ ਜ਼ਿਆਦਾ ਬੁਰੇ ਹਾਲਾਤ ਨੇ, ਜਿੱਥੋਂ ਤੱਕ ਕਿ ਇਹਦੇ ਬਾਰੇ ਸੋਚਣਾ ਚਾਹੀਦਾ। ਨਹੀਂ ਤਾਂ ਇਨਸਾਨ ਅਤੇ ਮਰਨ ਵਾਲੇ ਹਾਲਾਤ, ਫਿਰ ਖੁਦਕੁਸ਼ੀਆਂ ਕਿਉਂ ਹੁੰਦੀਆਂ? ਇਸੇ ਵਜ੍ਹਾ ਤੋਂ ਹੁੰਦੀਆਂ, ਜਦੋਂ ਇਨਸਾਨ ਦੇ ਘਰ ਦੇ ਖਰਚੇ ਨਹੀਂ ਚੱਲਣਗੇ, ਮਜਬੂਰੀਆਂ 'ਚ ਉਹਨੂੰ ਪੈਟਰੋਲ ਵੀ ਪਵਾਉਣੇ ਪੈਣਗੇ, ਉਹ ਦੂਰ ਜੋਬ ਹੋਣਗੀਆਂ, ਪੈਦਲ ਕਿੱਥੋਂ ਜਾਏਗਾ ਉਹ ਜੋਬ ਦੇ ਉੱਤੇ? ਔਰ ਬਹੁਤ ਬੁਰੇ ਹਾਲਾਤ ਨਹੀਂ, ਸਰਕਾਰ ਕੋਈ ਵੀ ਸਰਕਾਰ ਜਿਹੜੀ ਕੋਈ ਵਾਅਦਿਆਂ 'ਤੇ ਨਹੀਂ ਉਤਰਦੀ। ਅਸੀਂ ਜਿੰਨਾ ਮਰਜ਼ੀ ਸੋਚਦੇ ਹਾਂ ਜੀ ਹੁਣ ਇਹ ਸਰਕਾਰ ਆ ਰਹੀ ਹੈ, ਸ਼ਾਇਦ ਕੁਛ ਦੇਸ਼ ਦੇ ਹਾਲਾਤ ਠੀਕ ਹੋਣਗੇ, ਪਰ ਨਹੀਂ, ਕੁਛ ਨਹੀਂ ਸੁਧਰ ਰਿਹਾ। ਬਸ ਇਹ ਦਿਨ ਬ ਦਿਨ ਹਾਲਾਤ ਖਰਾਬ ਹੀ ਹੋ ਰਹੇ ਨੇ। ਸਤਨਾਮ ਸਿੰਘ। ਸਤਨਾਮ ਸਿੰਘ ਜੀ, ਕਿੱਦਾਂ ਵੇਖ ਰਹੇ ਹੋ ਡੀਜ਼ਲ ਅਤੇ ਪੈਟਰੋਲ ਦੇ ਦਿਨ ਤੋਂ ਦਿਨ ਰੇਟ ਆਸਮਾਨ ਛੂ ਰਹੇ, ਸਰਕਾਰਾਂ ਦੀ ਪ੍ਰਣਾਲੀ ਨੂੰ ਬਦਲਦੇ? ਬਹੁਤ ਬੁਰਾ ਹਾਲ ਹੋ ਗਿਆ, ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ। ਇਹ ਸਾਰਾ ਅਸਰ ਗਰੀਬ ਲੋਕਾਂ ਦੀ ਜੇਬ 'ਤੇ ਪੈ ਰਿਹਾ ਜੀ? ਸਾਰੇ ਗਰੀਬ ਲੋਕਾਂ ਦੇ ਝੜਨਾ, ਉਹਨਾਂ ਨੇ ਝੜਨਾ, ਉਹਨਾਂ ਨੇ ਨੱਪੇ ਜਾਣਾ ਵਿਚਾਰਿਆਂ ਥੱਲੇ। ਸਰਕਾਰ ਨੇ ਕਈ ਵਾਅਦੇ ਕੀਤੇ ਸੋ ਵਾਅਦੇ ਸਰਕਾਰ ਸਾਰੇ ਠੁੱਸ ਹੋ ਗਏ, ਸਾਰੇ ਵਾਅਦੇ ਠੁੱਸ, ਪੰਜਾਬ ਗੌਰਮੈਂਟ ਦੇ ਵੀ ਅਤੇ ਸੈਂਟਰ ਗੌਰਮੈਂਟ ਦੇ ਵੀ ਸਾਰੇ ਵਾਅਦੇ ਠੁੱਸ। ਪਹਿਲਾਂ ਕਿੰਨੇ ਦਾ ਤੇਲ ਪਾਉਂਦੇ, ਹੁਣ ਕਿੰਨੇ ਦਾ ਪਾਉਣਾ ਪੈਂਦਾ? ਪਹਿਲਾਂ ਸਾਨੂੰ 60-65 ਰੁਪਏ ਦਾ ਲੀਟਰ ਮਿਲਦਾ ਸੀ, ਹੁਣ 100-101 ਰੁਪਇਆ 50 ਇਹ ਹੋ ਗਿਆ। ਇਹ ਲੱਗਦਾ ਕਿ ਲੋਕਡਾਊਨ ਕਰਕੇ ਲੋਕਾਂ ਦੇ ਅੱਗੇ ਕਾਰੋਬਾਰ ਠਾਪਾ, ਪਰ ਲੋਕਾਂ ਨੂੰ ਮਜ਼ਬੂਰੀ ਕਰਕੇ? ਇਹ ਬਿਲਕੁਲ ਹੀ ਸਰਕਾਰ ਦਾ ਹੈ ਹੀ ਕੰਮ ਹੈ ਵੀ ਗਰੀਬਾਂ ਨੂੰ ਮਾਰਨਾ, ਰਹਿਣ ਨਹੀਂ ਦੇਣਾ। ਜਿੱਦਾਂ ਕਹਿੰਦੇ ਨੇ ਗਰੀਬੀ ਨਹੀਂ ਰਹਿਣ ਦੇਣੀ, ਉਹ ਕਹਿੰਦੇ ਗਰੀਬ ਹੀ ਨਹੀਂ ਰਹਿਣ ਦੇਣਾ, ਗਰੀਬਾਂ ਆਪੇ ਮਰਨਾ। ਕਰੂ ਕੀ ਲੋਕ ਕੀ ਮੰਗਾਂ ਕੀ ਕਰਦੇ ਹੁਣ ਸਰਕਾਰ? ਮੰਗਾਂ ਇਹ ਕਰਦੇ ਵੀ ਇਹਨਾਂ ਨੂੰ ਮਹਿੰਗਾਈ 'ਤੇ ਠੱਲ ਪਾਉਣੀ ਚਾਹੀਦੀ ਆ, ਅਤੇ ਲੋਕਾਂ ਦੀ ਰੋਟੀ ਰੋਜ਼ੀ ਜਿਹੜੀ ਸਹੀ ਤਰੀਕੇ ਨਾਲ ਚੱਲੇ।